ਬਸੰਤ ਪੰਚਮੀ ਦਾ ਇੱਕ ਸ਼ਾਨਦਾਰ ਮੇਲਾ ਕਪੂਰਥਲਾ 'ਚ ਆਯੋਜਿਤ ਕੀਤਾ ਗਿਆ। ਨਗਰ ਕੌਂਸਲ ਕਪੂਰਥਲਾ ਵੱਲੋਂ ਆਯੋਜਿਤ ਇਸ 96ਵੇਂ ਬਸੰਤ ਮੇਲੇ 'ਚ ਪੰਜਾਬੀ ਸੰਸਕ੍ਰਿਤੀ ਦੀ ਝਲਕ ਦੇਖਣ ਨੂੰ ਮਿਲੀ। ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤੇਬ ਨੇ ਕੀਤਾ ਅਤੇ ਮੁੱਖ ਮਹਿਮਾਨ ਪੂਰਵ ਕੈਬਨਿਟ ਮੰਤਰੀ ਰਾਣਾ ਗੁਰਜੀਤ ਪੰਜਾਬ ਸਨ। ਬਹੁਤ ਜ਼ਰੂਰੀ ਨੇ ਕਪੂਰਥਲਾ ਵਿੱਚ ਜੋ ਹੈ ਅੱਜ ਬਸੰਤ ਦਾ ਮੇਲਾ ਮਨਾਇਆ ਜਾ ਰਿਹਾ ਹੈ। ਮੈਂ ਸਮਝਦਾ ਕਿ ਸਮਾਜ ਵਿੱਚ ਜੋ ਹੈ ਲੋਕਾਂ ਨੂੰ ਜੋੜਨ ਵਾਸਤੇ, ਸ਼ਾਂਤੀ ਔਰ ਸਾਹੌੜ ਨੂੰ ਬਰਕਰਾਰ ਰੱਖਣ ਵਾਸਤੇ ਜੋ ਇਸ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਬਹੁਤ ਜ਼ਰੂਰੀ ਨੇ, ਕਿਉਂਕਿ ਇਸ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਵਿੱਚ ਹਰ ਵਰਗ ਦਾ ਬੰਦਾ ਜੋ ਹੈ ਸ਼ਾਮਿਲ ਹੁੰਦਾ ਹੈ, ਇੱਕ ਦੂਜੇ ਨੂੰ ਮਿਲਦਾ ਹੈ, ਤਾਂ ਲੋਕਾਂ ਵਿੱਚ ਪਿਆਰ ਮੁਹੱਬਤ ਪੈਦਾ ਹੁੰਦਾ। 96 ਬਸੰਤ ਮੇਲਾ ਕਪੂਰਥਲੇ 'ਚ ਅੱਜ ਹੋਣ ਜਾ ਰਿਹਾ ਔਰ ਇਹਨਾਂ ਤੋਂ 86 ਦੇ ਬਾਅਦ 96 ਆਇਆ। 10 ਸਾਲ ਕਿਸੇ ਨੇ ਇੱਥੇ ਮੇਲਾ ਨਹੀਂ ਕਰਾਇਆ ਔਰ ਮੈਂ ਸਮਝਦਾ ਇਹ ਬੜਾ ਇਤਿਹਾਸਿਕ ਪੁਰਾਣਾ ਮੇਲਾ ਮਹਾਰਾਜਾ ਕਪੂਰਥਲੇ ਦੇ ਵੇਲੇ ਤੋਂ ਬਸੰਤ ਰੁੱਤ ਜਦੋਂ ਆਉਂਦੀ ਆ ਮੌਸਮ ਬਦਲਦਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪੋਟੂ ਸ਼ਾਹ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਵਿਤਾ ਬੱਲਾ ਔਰ ਅੱਜ ਅਸੀਂ ਕਪੂਰਥਲਾ ਦੇ ਵਿੱਚ ਸ਼ਾਲੀਮਾਰ ਬਾਗ ਦੇ ਵਿੱਚ ਆਏ ਹਾਂ ਔਰ ਇੱਥੇ ਆਪਣਾ ਬਸੰਤ ਪੰਚਮੀ ਦਾ ਬਹੁਤ ਵਿਸ਼ਾਲ ਮੇਲਾ ਲੱਗਿਆ ਹੋਇਆ ਔਰ ਜਿੱਥੇ ਰਾਣਾ ਗੁਰਜੀਤ ਜੀ ਪਹੁੰਚੇ ਆ, ਹੋਰ ਸਾਰੇ ਮੰਤਰੀ ਸਾਹਿਬਾਨ, ਸਾਰਾ ਪ੍ਰਸ਼ਾਸਨ ਔਰ ਸਾਰਾ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਪਹੁੰਚਿਆ। ਬਹੁਤ ਅੱਛਾ ਮੇਲਾ, ਅਸੀਂ ਹੁਣੇ ਪਰਫੋਰਮ ਕਰਕੇ ਉਤਰੇ ਹਾਂ ਅਤੇ ਸਾਰੀ ਆਡੀਅੰਸ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਔਰ ਸਾਡੇ ਵੱਲੋਂ ਜਿੰਨੀ ਵੀ ਸਾਰੀ ਆਡੀਅੰਸ ਹੈ, ਜਿੰਨਾ ਵੀ ਮੀਡੀਆ 'ਤੇ ਪਹੁੰਚਿਆ, ਬਸੰਤ ਪੰਚਮੀ ਦੇ ਮੇਲੇ ਦੀਆਂ ਆਪ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ। ਕਪੂਰਥਲਾ ਤੋਂ ਸਾਜਨ ਅਤੇ ਨਰੇਸ਼ ਖੋਸਲਾ ਦੀ ਰਿਪੋਰਟ, ਚੈਨਲ 2।